ਅੱਛਾ ਅੱਛਾ ਇੱਕ ਕੰਮ ਕਰਨਾ ਸੀ ਤੂੰ ਪਾਰਕ 'ਚ ਪਹੁੰਚ ਮੈਂ ਪਾਰਕ 'ਚ ਆ ਹਾਂ ਇੱਕ ਨਵਾਂ ਕੰਮ ਕਰਨਾ ਆਪਣੇ ਕੋਲ ਸ਼ਿਕਾਰੀ ਆਈ ਇੱਕ ਬੰਦਾ ਮਾਰ ਹਾਂ ਹਾਂ ਜਲਦੀ ਪਹੁੰਚ ਮੇਰੇ ਕੋਲ ਬਠਿੰਡੇ ਕੰਮ ਆਪਣਾ ਹਾਂਜੀ ਮੁੰਡਾ ਸਵਰਾਜ ਆਪਣਾ ਬਠਿੰਡੇ ਹਾਂਜੀ ਉਹਨਾਂ ਦੇ ਮੁਹੱਲੇ ਦੇ ਵਿੱਚ ਕੁਛ ਗਰੀਬ ਘਰਾਂ ਦੀਆਂ ਬੱਚਿਆਂ ਨੂੰ ਤੰਗ ਕੀਤਾ ਜਾਂਦਾ ਠੀਕ ਹੈ ਨਾ ਗਲਤ ਬੰਦੇ ਆ ਕੇ ਉਹ ਬੱਚਿਆਂ ਨੂੰ ਹੈਰਾਨ ਕਰਦੇ ਨੇ ਉਹਨਾਂ ਨੂੰ ਸਮਝਾ ਕੇ ਆਓ ਚਾਹੇ ਉਹਨਾਂ ਦੀਆਂ ਲੱਤਾਂ ਬਾਹਰ ਤੋੜਨੀਆਂ ਪੈਣ ਚਾਹੇ ਉਹਨਾਂ ਨੂੰ ਠੋਕੋ ਠੀਕ ਹੈ ਜੀ ਟੈਂਸ਼ਨ ਨਾ ਲਓ ਆ ਗਿਆ ਸ਼ਿਕਾਰ ਓਏ ਕਾਇਮ ਹੋ ਕਾਇਮ ਆ ਲੱਗਦਾ ਪੁਲਿਸ ਆ ਗਈ ਓਏ ਚਲੋ ਪਿਸਤੌਲ ਹੈਗਾ ਓਏ ਇੱਥੇ ਕੀ ਬੈਂਗਣ ਫੜਨਾ ਹੈ ਚੱਲ ਬਸ ਕੱਢਿਆ ਬੰਦੇ ਦਾ ਕੰਡਾ ਹਾਂਜੀ ਗਾਡਾ ਤਾਂ ਵਾਹ ਪੁੱਤਰਾ ਵਾਹ ਹਫ਼ਤਾ ਖੰਡ ਪੁਲਿਸ ਤੋਂ ਪਾਸੇ ਰਹਿਣਾ ਠੀਕ ਹੈ ਨਾ ਅੱਠ ਦਸ ਦਿਨਾਂ ਲਈ ਬਾਹਰ ਹੋ ਜਾ ਅੰਡਰਗਰਾਊਂਡ ਠੀਕ ਹੈ ਨਾ ਮੇਰਾ ਸਿਰ ਤੇ ਹੱਥ ਕੋਈ ਪੁਲਿਸ ਕੋਈ ਵੀ ਤੈਨੂੰ ਬੁਲਾਊਗਾ ਲੈ ਆਵੇ ਮੁੰਡਿਆ ਅਸਲਾ ਦੇ ਨੇ ਆ ਲੈ ਜਾ ਸਾਡੇ ਵੱਲੋਂ ਉੱਧਰ ਲਈ ਗਿਫਟ ਆ ਪੁੱਤ ਨਵੀਂ ਗੱਡੀ ਛੱਡਤੀ ਓਏ ਹਜੇ ਤਾਂ ਛਿੱਲੀ ਆ ਸ਼ੁਕਰ ਕਰ ਇਕੱਠੀ ਨਹੀਂ ਕੀਤੀ ਸਾਲਾ ਕੋਰ ਕਹਿੰਦਾ ਆ ਕੋਈ ਨਾ ਬਾਈ ਤੈਨੂੰ ਕੱਲ੍ਹ ਨੂੰ ਦੇਖਾਂਗੇ ਦਫਾ ਜਾ ਇੱਥੋਂ ਲਾਇਆ ਸੁੱਖੇ ਦਾ ਫੋਨ ਆ ਗਿਆ ਹਾਂ ਸੁੱਖੇ ਹਾਂ ਪੁਲਤੀ ਆ ਪੁਲ ਤੇ ਆਇਆ ਜਲਦੀ ਜਲਦੀ ਪੁਲਤੀ ਆ ਹਾਂ ਹਾਂ ਪੁਲਤੀ ਆ ਸੀ ਆ ਜਾ ਕਿਵੇਂ ਸੁੱਕੇ ਬੜੇ ਫੋਨ ਕਰੀ ਜਾਂਦਾ ਸੀ ਕੀ ਗੱਲ ਹੋ ਗਈ ਉਹ ਰੱਬ ਦੀ ਜਿੱਤ ਦਾ ਲੱਪੜ ਹਲੇ ਤੱਕ ਰੜ ਗਿਆ ਛੱਡਣਾ ਨਹੀਂ ਉਹਨੂੰ ਕੋਈ ਚੱਕਰ ਨਹੀਂ ਸੁੱਕੇ ਅਸੀਂ ਤੇਰੇ ਨਾਲ ਹਾਂ ਜੱਬ ਕਰ ਦਾਂਗੇ ਸੱਤਵਾਂ ਉਡਾ ਦਾਂਗੇ ਚੱਲ ਚੱਲੇ ਕੋਈ ਚੱਕਰ ਨਹੀਂ ਠੀਕ ਹੈ ਜਦੋਂ ਮਰਦੀ ਆਜੋ ਬੈਠੋ ਆਜੋ ਠੀਕ ਹੈ ਚੱਲ ਬਾਹਰ ਇਹ ਕਿਵੇਂ ਸਾਲਾ ਹਵੜਾ ਦਬੜੀ ਮਚਾਉਂਦਾ ਹੁੰਦਾ ਹੈ ਭਾਈ ਜੀ ਭਾਈ ਜੀ ਜਿਹੜਾ ਆਪੇ ਲੜਾਈ ਹੋ ਸੀ ਉਹ ਆ ਰਹੇ ਆ ਓਏ ਆ ਜਾਣ ਦੇ ਲੱਗਦਾ ਉਹਦੇ ਚ ਪਿੰਡਾਂ ਦੀ ਘਾਟ ਰਹਿ ਗਈ ਹੋਣੀ ਆ ਉਹ ਵੀ ਪੂਰੀ ਕਰ ਦਿੰਦੇ ਅੱਜ
ਤਾਂ ਕੱਲ ਘਾਟ ਰਹਿ ਗਈ, ਉਹ ਪੂਰੀ ਕਰਾਉਣਾ ਹੈ। ਹਾਂ ਉਹੀ ਘਾਟ, ਉਹੀ ਘਾਟ ਅੱਜ ਪੂਰੀ ਕਰਨਾ ਹੈ। ਤੂੰ ਜਾਣਦਾ ਨਹੀਂ ਕਿਹਦੇ ਨਾਲ ਪੰਗਾ ਲੈ ਲਿਆ, ਬਹੁਤ ਗਲਤ ਪੰਗਾ ਲੈ ਚੁੱਕਿਆ ਤੂੰ। ਸੁੱਖਾ ਕਹਿੰਦੇ ਮੈਨੂੰ ਸੁੱਖਾ, ਤਾਂ ਫਿਰ ਘਾਟ ਅੱਜ ਪੂਰੀ ਕਰ ਦਿੰਦਾ। ਲਾਪਤਾ ਹੋ ਜਾਈਏ, ਆਪਣੇ ਤੇ ਛੱਪੀ ਦਾ ਪਰਚਾ ਪਊਗਾ। ਹੁਣ ਕੁਛ ਦਿਨ ਟਲ ਜਗੇ ਆਪਾਂ। ਫੇਰ ਕੀ ਹੋ ਗਿਆ, ਛੱਪੀ ਦਾ ਪਰਚਾ ਤਾਂ ਬੰਦ ਹੀ ਆ, ਲੱਤਾਂ ਜੋ ਤੋੜੀਆਂ। ਆ ਜਗ੍ਹਾ ਸੇਫ ਲੱਗਦੀ ਹੈ ਪੁਲਿਸ ਤੋਂ ਬਚਣ ਖਾਤਰ। ਯਾਰ ਜੇ ਕੋਈ ਬੰਦਾ ਮਿਲ ਜੇ ਨਾ, ਨਾਲੇ ਤਾਂ ਆਪਣੇ ਕੰਮ ਹੋਈ ਜਾਣ ਤੇ ਨਾਲੇ ਆਪਾਂ ਨੂੰ ਭੱਜ ਦੌੜ ਨਾ ਕਰਨੀ ਪਵੇ। ਭਾਈ ਬੰਦਾ ਤਾਂ ਮਿਲ ਗਿਆ, ਸਮਝ ਲਾ ਆਉਂਦਾ ਹੋਊਗਾ ਹੀ ਲੈ ਕੇ ਉਹਨੂੰ। ਅੰਦਰ ਦੀ ਨਿੱਕੀ ਜਿਹੀ ਮੁਰਾ ਕਾਰਨਾਮੇ ਵੱਡੇ ਵੱਡੇ ਆ, ਦੇਖੇ ਆਉਂਦਾ ਉਹ ਅੱਗ ਲਾ ਦੇਖ ਲੈਨੇ ਆ ਕਿੱਥੇ ਆ। ਆਉਂਦਾ ਆਉਂਦਾ ਵੀ ਕੋਈ ਗੱਲ ਨਹੀਂ ਬਾਈ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਆ ਮੁੰਡਾ ਬਾਈ ਸਿਰਾ ਸਿਰਾ ਅੱਗ ਦੀ ਨਾਲ ਆ ਪਤੰਦਰ, 18 ਸਾਲ ਦੀ ਉਮਰ ਚ ਲੱਤਾਂ ਤੋੜਦੀਆਂ ਬੰਦੇ ਦੀਆਂ ਬਾਈ, ਸਮਾਲ ਹੀ ਮੰਨ ਗਿਆ। ਰੱਖੋ ਬਾਈ ਭਾਤੀ ਕਰੋ ਇਹਨੂੰ। ਓਏ ਲੱਤਾਂ ਹੀ ਤੋੜੀਆਂ ਕੇ ਬੰਦਾ ਵੀ ਮਾਰਿਆ ਕੋਈ ਬਾਈ? ਅਰੇ ਕਿੱਥੇ ਬੰਦਾ ਮਾਰ ਪਈ ਯਾਰ, ਕਾਨੇ ਵਰਗਾ ਸੀ ਯਾਰ। ਜਿਹੜਾ ਬੰਦਾ 18 ਸਾਲ ਦੀ ਉਮਰ ਚ ਲੱਤਾਂ ਤੋੜ ਸਕਦਾ, ਬੰਦਾ ਮਾਰਨਾ ਕਿੱਡੇ ਕੀਤੀ। ਓਏ ਆ ਚਲਾਈ ਆ ਕਦੇ? ਕੋਈ ਗੱਲ ਨੀ ਬਾਈ, ਇਹ ਵੀ ਚਲਾ ਲਾਂਗੇ। ਲੈ ਫਿਰ ਫੜ। ਆ ਬੰਦਾ ਠੋਕਣਾ। ਠੋਕਤਾ ਬਾਈ? ਕਿੰਨੇ ਦਿਨਾਂ ਚ ਠੋਕ ਦੇਣਾ? ਆ ਸਾਨੂੰ ਤੈਨੂੰ ਖਬਰ ਮਿਲੀ ਲੈ। ਜਾ ਫਿਰ ਬਾਈ ਯਾਰ, ਲੰਘਦਾ ਸੈਣੀ ਬੰਦਾ ਠੋਕ ਦੂ ਯਾਰ। ਉਹ ਕੋਈ ਨਾ, ਹਾਲੇ ਤਾਂ ਤੀਰ ਕਮਾਣ ਚ ਹੈ, ਦੇਖਦੇ ਆ ਪਰਖ ਕੇ। ਤੇਰੀ ਸੁੱਖਾ ਕਿੱਦਾਂ ਤੁਰਿਆ ਹੁੰਦਾ? ਹੁਣ ਤੇ ਸਾਰਾ ਨੂੰ ਅੱਜ ਚੌਂਦੇ ਜਾਣਗੇ। ਆਪ ਦਬੇ ਨਾ ਦਬਾਏ ਆਮ ਲੋਕ ਨਾ, ਜੱਟਾਂ ਥਾੜੀਆਂ ਦੀ ਮਿੱਤਰਾਂ ਤੇ ਰੋਕ ਨਾ। ਤੈਨੂੰ ਪਤਾ ਨੀ ਮੈਂ ਕਿਸਦਾ ਬੰਦਾ, ਮੈਂ ਮੰਤਰੀ ਦਾ ਬੰਦਾ। ਮੰਤਰੀ ਦਾ ਸ਼ਾਇਦ ਤੈਨੂੰ ਇਹ ਨੀ ਪਤਾ, ਤੇਰੀ ਸਫਾਰੀ ਮੰਤਰੀ ਨੇ ਦਿੱਤੀ ਹੈ। ਮੰਤਰੀ ਨੇ? ਇਹ ਨੀ ਹੋ ਸਕਦਾ।
ਲੱਗਦਾ ਧਰਤੀ ਦੇ ਬੋਝ ਬਹੁਤ ਵੱਧ ਚੁੱਕਿਆ। ਉਦੋਂ ਤੱਕ ਢਾਲੀਏ, ਬਣਦਾ ਵੀ ਆ ਸੁੱਖਿਆ ਸਰ। ਨਹੀਂ ਸੁੱਖਾ ਨਹੀਂ, ਸੁੱਖਾ ਨਹੀਂ, ਸੁੱਖਾ ਠੋਕ, ਸੁੱਖਾ ਠੋਕ ਲੈ, ਸੁੱਖਾ ਠੋਕ ਠੋਕ। ਸ਼ੁਕਰੀਆ ਸਰਾ। ਵਾਹ ਸੁੱਖਾ, ਅੱਜ ਬਣਿਆ ਤੂੰ ਸ਼ੂਟਰ। ਉਹ ਪਿਆ ਮੰਤਰੀ ਦਾ ਟੋਪਾ ਲੱਦਾ, ਉਹ ਯਾਰਾ ਉਹ ਪਿਆ। ਤੇ ਮੈਂ ਸੁਣਿਆ ਇੱਕ ਹੋਰ ਠੋਕ ਦਾ, ਕੱਲ ਪਹੁੰਚ ਗਈ ਥਾਣੇ ਆ। ਮੈਂ ਸੁਣਿਆ ਇੱਕ ਹੋਰ ਠੋਕ ਦਾ, ਕੱਲ ਪਹੁੰਚ ਗਈ ਥਾਣੇ ਆ। ਪਤਾ ਨੀ ਕਿਹੜੇ ਕਿਹੜੇ ਬੰਦੇ ਗਰੁੱਪ ਚ ਵਾਲ ਰੱਖੇ, ਸਾਲਿਆਂ ਨੂੰ ਤੁਰਨ ਦੀ ਅਕਲ ਵੀ ਹੈ ਨੀ। ਕੀ ਬਾਈ ਯਾਰ ਚਬਲ ਜੀ ਘੁੱਟੀ ਜਾਂਦਾ, ਮੈਨੂੰ ਲੱਗਦਾ ਇਹਨੇ ਆਪਣਾ ਨਾਂ ਨੀ ਸੁਣਿਆ, ਜਾਣਦਾ ਨੀ ਤੂੰ ਕੌਣ ਹਲੇ। ਓਏ ਛੱਡ ਗੋਕੀ ਯਾਰ, ਕੀ ਇਹਦੇ ਮੱਥੇ ਲੱਗਣਾ, ਮੂੰਹ ਨੀ ਸਿਰ ਨੀ ਇਹਦਾ। ਚੱਲ ਤੂੰ ਵੀ ਬੜਾ ਦਿੱਤਾ ਕਿਉਂ ਮਾਰ ਕੇ ਮੋਕ ਵੱਡੇ ਬੈਲੀ। ਬਾਈ ਇੱਕ ਮਿੰਟ ਯਾਰ, ਮੈਂ ਕਹਿੰਦਾ ਇਹਦੇ ਚਾਰਕ ਲਾਹਣਾ ਦੇ ਮਾਮਾ। ਇੱਕ ਮਿੰਟ ਗੋਪੀ ਗੋਪੀ ਬਾਈ, ਇਹਦਾ ਆਪਾਂ ਨੂੰ ਠੋਕਣ ਨੂੰ ਫਿਰਦਾ ਸੀ, ਇਹਦਾ ਸਾਲਾ ਆਪ ਹੀ ਠੋਕ ਗਿਆ। ਚੱਲ ਗਏ ਜਲਦੀ ਆਇਆ। ਪਾਣੀ ਪੂਣੀ ਪਿਆ ਦੇ। ਉਹ ਬਾਈ ਪਾਣੀ ਤਾਂ ਜਿੰਨਾ ਮਰਜ਼ੀ ਪੀ ਲਈ, ਪਰ ਉਹ ਸੁੱਖੇ ਨੂੰ ਕੰਟਰੋਲ ਚ ਕਰੋ। ਉਹ ਬਾਈ ਆਪਣਾ ਬੰਦਾ ਫੇਰ ਠੋਕਤਾ ਉਹਨੇ, ਉਹਨੂੰ ਨੱਥ ਪਾਓ ਬਾਈ ਉਹਦੇ, ਨਹੀਂ ਤਾਂ ਹਿਸਾਬ ਲਾ ਲਓ, ਫਿਰ ਇੱਕ ਦਿਨ ਆਪਾਂ ਨੂੰ ਵੀ ਠੋਕ ਦੂ। ਉਹ ਲੈ ਕੇ ਤਾਂ ਉਹਨੂੰ ਤੂੰ ਹੀ ਆਇਆ ਸੀ। ਬਾਈ ਮੈਂ ਲੈ ਕੇ ਆਇਆ ਸੀ, ਫਿਰ ਉਹਦਾ ਠੋਕੋ ਉਹਨੂੰ ਬਾਈ, ਤੁਸੀਂ ਰੋਕ ਸਕਦੇ ਆ, ਮੈਂ ਨੀ ਨਾ ਰੋਕ ਸਕਦਾ। ਮੈਂ ਕਰਦਾ ਯਾਰ MLA ਨਾਲ ਗੱਲ। ਕਰੋ ਬਾਈ ਗੱਲ MLA ਨਾਲ, ਐਂ ਤਾਂ ਕੰਮ ਖਰਾਬ ਹੋਈ ਜਾਂਦਾ। ਅੱਧਾ ਘੰਟਾ ਹੋ ਗਿਆ ਯਾਰ, ਬਾਈ ਤਾਂ ਹਜੇ ਵੀ ਨਹੀਂ ਆਇਆ, ਫੋਨ ਲਾਣਾ ਉਹਨੂੰ। ਹੈਲੋ ਹੈਲੋ ਬਾਈ ਜੀ, ਬਾਵੇ ਨਾਲ ਗੱਲ ਕਰੋ ਜੀ। ਕਰਾ ਲਿਆ। ਹੈਲੋ। ਹਾਂ ਵੀ ਪੁੱਤਰਾ ਬਾਵੇ ਕਿਵੇਂ ਆ? ਵਧੀਆ ਜੀ, ਤੁਸੀਂ ਆਏ ਨਹੀਂ, ਸਾਨੂੰ ਅੱਧਾ ਘੰਟਾ ਹੋ ਗਿਆ ਵੇਟ ਕਰੀ ਜਾਂਦੇ ਨੂੰ। ਬਸ 10 ਮਿੰਟ ਰੁਕ, ਮੈਂ ਆਇਆ। ਠੀਕ ਹੈ ਜੀ, ਪਹੁੰਚੋ ਜੀ। ਓਕੇ। ਆਓ ਕਿਵੇਂ ਨਾ ਜੀ, ਐਡੇ ਐਡੇ ਕੰਮ ਕੀਤੇ ਆ, ਤੇ ਜੇ ਹੁਣ ਨਾ ਆਇਆ ਤਾਂ ਫਿਰ ਆਊ ਕਦੋਂ? ਗੱਲ ਹੋਗੀ, ਸਾਨੂੰ ਦੇਣ ਵਾਲੇ ਕੰਮ ਤੁਸੀਂ ਸੁੱਖੇ ਨੂੰ ਦੇਈ ਜਾਂਦੇ ਹੋ, ਸਾਨੂੰ ਤਾਂ ਭੁੱਲ ਹੀ ਗਏ। ਸੁੱਖਾ ਵੀ ਤਾਂ ਬਾਬਾ ਤੇਰਾ ਹੀ ਬੰਦਾ ਸੀ, ਜੇ ਇੱਕ ਦੋ ਕੰਮ ਆਪਾਂ ਉਦੋਂ ਕਰਾ ਲਏ, ਕੋਈ ਵੱਡੀ ਨੌਬਤ ਨਹੀਂ ਆ ਗਈ ਇਸ ਗੱਲ 'ਚ। ਬਾਈ ਨੌਬਤ ਨਹੀਂ, ਇੱਕ ਮਿਆਨ 'ਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ, ਜਾਂ ਤਾਂ ਤੁਸੀਂ ਸੁੱਖੇ ਨੂੰ ਰੱਖ ਲਓ ਜਾਂ ਮੈਂ ਰਹੂੰਗਾ, ਇਹ ਫੈਸਲਾ ਤੁਸੀਂ ਕਰਨਾ। ਤੇਰੀ ਆਹ ਖੁਆਇਸ਼ ਵੀ ਮੈਂ ਪੂਰੀ ਕਰ ਦਿੰਦਾ, ਅੱਜ ਤੋਂ ਬਾਅਦ ਜਿੰਨੇ ਮੇਰੇ ਕੰਮ ਕਰੂਗਾ ਸੁੱਖਾ ਕਰੂਗਾ, ਤੂੰ ਸੁੱਖੇ ਦੇ ਰਾਹ 'ਚ ਰਾਵੇਂ, ਸੁੱਖੇ ਦੇ ਮਗਰ ਮੈਂ ਖੜਾ ਮੈਂ ਅੱਜ ਤੋਂ ਬਾਅਦ। ਅੱਛਾ ਬਾਈ, ਹੁਣ ਸਾਡੇ ਨਾਲੋਂ ਵੱਧ ਕੇ ਸੁੱਖਾ ਹੋ ਗਿਆ, ਇੱਕ ਕੰਮ ਹੋਰ ਕਰ ਦਿਓ ਛੋਟਾ ਜਿਹਾ, ਮੇਰੇ ਗੋਲੀ ਮਾਰ ਦਿਓ ਗੋਲੀ। ਬਾਵਿਆ ਤੇਰੀ ਇਹ ਖਵਾਇਸ਼ ਪੂਰੀ ਕਰ ਹੀ ਦਿੰਦੇ ਆ। ਇਹ ਗੋਲੀ ਤਾਂ ਮੈਂ ਤੇਰੇ ਖੋਪੜ 'ਚ ਵੀ ਮਾਰ ਸਕਦਾ ਸੀ, ਤੂੰ ਮੇਰਾ ਪੁਰਾਣਾ ਬੰਦਾ, ਜਾ ਦਫਾ ਹੋ। ਚਲੋ ਥਾਣੇਦਾਰਾਂ ਚਲੋ ਜੀ। ਬਾਈ ਇਹ ਕੋਈ ਜ਼ਿਆਦਾ ਹਵਾ ਕਰ ਗਿਆ, ਮਾੜਾ ਜਿਹਾ ਹੁਕਮ ਕਰ, ਹੁਣ ਲਾ ਦੂੰ ਘਾਟਾ ਮੈਂ। ਬਾਈ ਸੁੱਖੇ, ਕਦੇ ਕਦੇ ਮੈਨੂੰ ਐਂ ਫੀਲ ਹੁੰਦਾ ਵੀ ਇਹ ਰਾਹ ਆਪਾਂ ਬਹੁਤ ਗਲਤ ਚੁਣਦਾ ਬਾਈ, ਬਹੁਤ ਗਲਤ ਰਾਹ ਚੁਣਦਾ ਬਾਈ।
ਗੋਪੀ ਰਾਜ ਕਰਨਾ ਰਾਜ ਸਾਲਾ ਪਤਾ ਲੱਗ ਜੇ ਦੁਨੀਆ ਨੂੰ ਧਰਤੀ ਦੇ ਲੈਣ ਕੀ ਆਏ ਬਾਈ ਬਾਵਾ ਆ ਰਿਹਾ ਬੜਾ ਗੁੱਸੇ ਚ ਲੱਗ ਰਿਹਾ ਮੈਨੂੰ ਅੱਜ ਸਾਡੀਆਂ ਤਲੀਆਂ ਤੇ ਚੋਗ ਚੁਗਣ ਵਾਲਾ ਕਬੂਤਰ ਅੱਜ ਬਾਜ ਬਾਣ ਨੂੰ ਫਿਰਦਾ ਓਏ ਬਾਜ ਤਾਂ ਮੈਂ ਬਹੁਤ ਟਾਈਮ ਦਾ ਪਰ ਤੈਨੂੰ ਹੁਣ ਪਤਾ ਲੱਗਿਆ ਲੱਗਦਾ ਇਸ ਬਾਜ ਦੇ ਖੰਭ ਵੀ ਮੈਨੂੰ ਹੀ ਪੱਟਣੇ ਪੈਣਗੇ ਇਹ ਖੰਭ ਸੁੱਖੇ ਨੇ ਆਪ ਦਾ ਆ ਹਾਲੇ ਤੱਕ ਕੋਈ ਐਸਾ ਪੈਦਾ ਨਹੀਂ ਹੋਇਆ ਜਿਹੜਾ ਸੁੱਖੇ ਦੇ ਖੰਭ ਕੱਟ ਸਕੇ ਉਹ ਜਿਹੜੇ ਬੰਦੇ ਦੇ ਸਿਰ ਤੇ ਤੂੰ ਉੜਦਾ ਉਹਨੂੰ ਵੀ ਤਾਂ ਮੈਂ ਬਣਾਇਆ ਇਹ ਤਾਂ ਵੱਖੋ ਵੱਖੀ ਮੁਕੱਦਰ ਆ ਕੱਲ ਤੇਰਾ ਟਾਈਮ ਸੀ ਅੱਜ ਮੇਰਾ ਬਾਈ ਤਾਂ ਮੇਰੇ ਇੱਥੇ ਹੱਥ ਰੱਖਦਾ ਓਏ ਤੇਰੀ ਵਜ੍ਹਾ ਨਾਲ ਅੱਜ ਬਾਈ ਨੇ ਮੇਰੇ ਇੱਥੇ ਬੰਦੂਕ ਰੱਖੀ ਹੈ ਤੇਰੀ ਵਜ੍ਹਾ ਨਾਲ ਓਏ ਠੋਕੂਗਾ ਜ਼ਰੂਰ ਪਰ ਟਾਈਮ ਆਉਣ ਤੇ ਓਏ ਇਹ ਗੱਲ ਦਾ ਸਮਾਂ ਦੱਸੂ ਕਿਹੜਾ ਕਿਹਨੂੰ ਠੋਕਦਾ ਬਾਈ ਅਸਲੇ ਦੀ ਕੀ ਗੱਲ ਕਰਦਾ ਅਸਲੇ ਦਾ ਭੰਡਾਰ ਲੱਗੇ ਪਿਆ ਹਥਿਆਰਾਂ ਦਾ ਸਾਥ ਤਾਂ ਯਾਰਾਂ ਵਰਗਾ ਹੁੰਦਾ ਪਰ ਸਾਲੇ ਕਦੇ ਕਦੇ ਇਹ ਵੀ ਯਾਰ ਮਾਰ ਕਰ ਜਾਂਦੇ ਆ ਯਾਰ ਮਾਰ ਕਰ ਜਾਂਦੇ ਆ ਬਾਈ ਅਸਲਾ ਬਾਈ ਉਹੀ ਹੁੰਦਾ ਜਿਹੜਾ ਮੌਕੇ ਦੇ ਕੰਮ ਆ ਜੀ ਲੱਗਦਾ ਜਿਵੇਂ ਸੁੱਖਾ ਆਉਂਦਾ ਉਹ ਗੱਡੀ ਨੇੜੇ ਕਰਕੇ ਰੋਕ ਲਈ ਇਹਦੇ ਨਾਲ ਪੁਰਾਣਾ ਹਿਸਾਬ ਕਿਤਾਬ ਜਿਹਾ ਕਰਨਾ ਅੱਜ ਸਾਲਾ ਸੁੱਕਾ ਨੀ ਜਾਣ ਦੇਣਾ ਚੌਣ ਲਾ ਦਿਓ ਚੌਣ ਗੱਲ ਹੀ ਕੋਈ ਨੀ ਬਾਈ ਮੈਨੂੰ ਲੱਗਦਾ ਹੁਣ ਸਾਲੇ ਇਹਦੇ ਵੀ ਜ਼ਿਆਦਾ ਮੱਖ ਲੜਦੀ ਹੈ ਸੱਜਣਾ ਅੱਜ ਕਿੱਥੇ ਜਾਏਗਾ ਉਹਦੇ ਤਾਂ ਬੜੀਆਂ ਫੜਾ ਮਾਰਦਾ ਸੀ ਖੰਭ ਕੱਟਣ ਵਾਲਾ ਜੰਮਿਆ ਹੀ ਨੀ ਕੋਈ ਬੱਗ ਇਕੱਠਾ ਕਰਕੇ ਬਾਵਿਆ ਸ਼ੇਰ ਨੀ ਉਡੱਕੀ ਦੇ ਇੱਕ ਗੱਲ ਚੇਤੇ ਰੱਖੀ ਪਿੱਠ ਤੇ ਵਾਰ ਨਾ ਕਰੀ ਵਾਰ ਕਰਨਾ ਹੋਇਆ ਤਾਂ ਹਿੱਕ ਤੇ ਕਰੀ ਹਿੱਕ ਤੇ ਓਏ ਫਿਕਰ ਨਾ ਕਰ ਇੱਥੇ ਹੀ ਗੋਲੀ ਮਾਰੂ ਬਾਈ ਇਹਨੂੰ ਇਕੱਲੇ ਨੂੰ ਕੀ ਮਾਰਨਾ ਸਵਾਦ ਹੀ ਨੀ ਆਉਣਾ ਫਿਰ ਓਏ ਵੀ ਤੇਰੀ ਗੱਲ ਸਹੀ ਹੈ ਓਏ ਜੇ ਲੜਨਾ ਤਾਂ ਚਾਰ ਟੋਟਰੂ ਨਾਲ ਲੈ ਕੇ ਆਈ ਚਲੋ ਓਏ ਬਾਈ ਦਾ ਫੋਨ ਲੱਗਦਾ ਹਾਂਜੀ ਬਾਈ ਜੀ ਕਿਵੇਂ ਥਾਣੇਦਾਰਾ ਠੀਕ ਆ ਬਾਈ ਕੀ ਹੁਕਮ ਆ ਦੱਸੋ ਸੁੱਖੇ ਨੂੰ ਚੱਕ ਲਾ ਕਿਉਂ ਬਾਈ ਜਿੰਨਾ ਤੈਨੂੰ ਕਿਹਾ ਓਨਾ ਕਰ ਉਹ ਤਾਂ ਬਾਈ ਯਾਰ ਤੇਰਾ ਖਾਸ ਬੰਦਾ ਮੈਂ ਤੈਨੂੰ ਦੱਸਿਆ ਜਿੰਨਾ ਤੈਨੂੰ ਕਿਹਾ ਓਨਾ ਕਰ ਜੋ ਹੁਕਮ ਆ ਜੀ ਓਕੇ ਇਹਨਾਂ ਦਾ ਵੀ ਪਤਾ ਨਹੀਂ ਲੱਗਦਾ ਕਦੇ ਕਹਿੰਦੇ ਆ ਚੱਕ ਲਓ ਕਦੇ ਕਹਿੰਦੇ ਆ ਛੱਡ ਦਿਓ ਚੱਲ ਦੇਖਦੇ ਆ ਫਿਰ ਕੀ ਬਣਦਾ ਸਾਲੀ ਪੁਲਿਸ ਦਾ ਬਸ ਇਸੇ ਕੰਮ ਦੀ ਰਹਿ ਗਈ ਹੁਣ ਅੱਜ ਤਾਂ ਦੂਰ ਤੱਕ ਕੋਈ ਨੀ ਦੇਖਣ ਵਾਲਾ ਅੱਜ ਤਾਂ ਸਵਾਦ ਆਜੂ ਲੜਨ ਦਾ ਓ ਬਾਈ ਐ ਹਥਿਆਰਾਂ ਦਾ ਲੜਨ ਦਾ ਸਵਾਦ ਨਹੀਂ ਆਉਣਾ ਬਹੁਤ ਚਿਰ ਹੋ ਗਿਆ ਸੀ ਇਹਨਾਂ ਨੂੰ ਕਰਦਿਆਂ ਨੂੰ ਅੱਜ ਹਿੱਕਾਂ ਦੇ ਜ਼ੋਰ ਨਾਲ ਦੇਖਣਾ ਇਹਨਾਂ ਨੂੰ ਹਿੱਕਾਂ ਦੇ ਜ਼ੋਰ ਨਾਲ ਹਥਿਆਰਾਂ ਨਾਲ ਨਹੀਂ ਦੇਖਣਾ Yeah.
ਅੱਜ ਤਾਂ ਬਚ ਹੀ ਗਏ, ਕਦੇ ਤਾਂ ਜਾੜ ਥੱਲੇ ਆ ਹੀ ਜਾਊਂਗੇ। ਮੇਰੇ ਇਲਾਕੇ ਚ ਗੋਲੀ ਚਲਾਉਣ ਵਾਲਾ ਇਲਾਕਾ ਕੁੱਤਿਆਂ ਦਾ ਹੁੰਦਾ, ਸ਼ੇਰਾਂ ਦਾ ਨਹੀਂ, ਸ਼ੇਰਾਂ ਦੇ ਜੰਗਲ ਹੁੰਦੇ ਪੁੱਤ। ਲੱਗਦਾ ਸ਼ੇਰ ਜੰਗਲ ਚੋਂ ਬਾਹਰ ਨਿਕਲ ਗਿਆ, ਇਹਨੂੰ ਹੁਣ ਭੇਜ ਹੀ ਦਈਏ। ਸਿੱਟੋ ਸਾਰੇ ਨੂੰ। ਆਕੀਆਂ ਨਾਲ ਬੰਦੇ ਨਹੀਂ ਮਰਦੇ, ਬੰਦਾ ਮਾਰਨ ਵਾਸਤੇ ਅਸਲੇ ਦੀ ਲੋੜ ਆ। ਓਏ ਸੋ ਤੇਰੀ ਮੈਂ ਸੋਹਣੀਏ ਪਹਿਲਾਂ ਸੀ ਚੰਗਾ, ਰੱਜ ਕੇ ਕੁੜੇ ਸ਼ਰੀਫ ਸੀ ਨਾ ਕਰਦਾ ਦੰਗਾ। ਸੋ ਤੇਰੀ ਮੈਂ ਸੋਹਣੀਏ ਪਹਿਲਾਂ ਸੀ ਚੰਗਾ, ਰੱਜ ਕੇ ਕੁੜੇ ਸ਼ਰੀਫ ਸੀ ਨਾ ਕਰਦਾ ਦੰਗਾ। ਬਾਈ ਯਾਰ ਸੁੱਖੇ ਇੱਕ ਗੱਲ ਆ ਯਾਰ, ਬਾਈ ਆਪਾਂ ਕਿੰਨਾ ਕੁ ਚਿਰ ਯਾਰ ਐਂ ਪੁੱਤ ਤੋਂ ਭੱਜਦੇ ਰਵਾਂਗੇ, ਕਿੰਨਾ ਕੁ ਟਾਈਮ ਯਾਰ। ਗੋਪੀ ਗੈਂਗਸਟਰ ਕੋਈ ਢਿੱਡੋਂ ਨਹੀਂ ਜਾਂਦੇ, ਸਮਾਂ ਗੈਂਗਸਟਰ ਬਣਾਉਂਦਾ। ਇਹ ਗੱਲ ਤਾਂ ਸਮਝਾਂ। ਇਹ ਗੱਲ ਤਾਂ ਠੀਕ ਆ ਬਾਈ ਜੀ, ਇਹ ਤਾਂ ਠੀਕ ਆ। ਕਰ ਫਿਰ ਬਾਈ, ਹੁਣ ਆਪਾਂ ਇਨਸਾਨਾਂ ਵਾਂਗੂ ਜ਼ਿੰਦਗੀ ਆਪਾਂ ਕਦੇ ਨਹੀਂ ਜਿਉਂ ਸਕਦੇ। ਨਹੀਂ ਗੋਪੀ, ਕਦੇ ਨਹੀਂ ਹੋ ਸਕਦਾ। ਇਹ ਰਾਹ ਸਿਰਫ ਅੱਗੇ ਵੱਲ ਨੂੰ ਜਾਂਦਾ, ਪਿੱਛੇ ਨਹੀਂ ਮੁੜਿਆ ਜਾਂਦਾ। ਗੋਲੀ ਮਾਰਨ ਦੇ ਆਰਡਰ, ਉਹ ਤੇਰੇ ਬਾਈ ਨੂੰ ਸ਼ੂਟ ਦਾ ਆਰਡਰ ਹੋ ਗਿਆ ਓਏ। ਓਏ ਕੋਈ ਗੱਲ ਨੀ, ਗੋਲੀ ਦੇ ਆਰਡਰ ਹੀ ਹੋਏ ਆ, ਗੋਲੀ ਵੱਜੀ ਤਾਂ ਨੀ। Real story of a gangster. ਬਾਈ ਸੁੱਕੇ, ਪੁਲਿਸ ਆ ਗਈ, ਪੁਲਿਸ ਆ ਗਈ। ਗੋਪੀ ਤੂੰ ਜਾ। ਨਹੀਂ ਬਾਈ, ਮੈਂ ਤੈਨੂੰ ਕਦੇ ਨਹੀਂ ਛੱਡਦਾ। ਨਹੀਂ ਬਾਈ, ਹੁੰਦੀ ਹੈ ਗੋਪੀ, ਤੂੰ ਮੇਰੀ ਜ਼ਮਾਨਤ ਬਾਈ, ਮੈਂ ਬਾਹਰ ਹੋਏਗਾ। ਗੋਪੀ ਬਾਹਰ ਹੋਏਗਾ, ਮੇਰੀ ਜ਼ਮਾਨਤ ਤੜਾਲੇਗਾ, ਤੂੰ ਜਾ। ਬਾਈ ਤੈਨੂੰ ਛੱਡ ਕੇ ਜਾਣ ਨੂੰ ਦਿਲ ਨਹੀਂ ਕਰਦਾ ਯਾਰ। ਜਾ ਵਾਸਤਾ ਤੈਨੂੰ, ਤੂੰ ਯਾਰ ਚੱਲ ਠੀਕ ਆ ਬਾਈ, ਤੂੰ ਕਹਿਣਾ ਤਾਂ ਮੈਂ ਜਾਣਾ, ਮੈਂ ਛੇਤੀ ਆਉਂਗਾ ਬਾਈ, ਮੈਂ ਜਲਦੀ ਆਉਂਗਾ। ਹੋ ਗਿਆ ਨੀ ਤੇਰੇ ਯਾਰ ਨੂੰ ਬਦਲੀਏ ਨਾਰੀ।
ਸਰੈਂਡਰ ਕਰ ਦੋ, ਤੂੰ ਪੁਲਿਸ ਨੇ ਚਾਰੋ ਤਰਫ ਘੇਰ ਲਿਆ। ਓ ਜਨਾਬ, ਅਸੀਂ ਕਿਹੜਾ ਭੱਜੇ ਚੱਲੇ ਆ, ਲੈ ਚੱਲੋ ਜਿੱਥੇ ਵੀ ਚੱਲਣਾ। ਚਾਕੀ ਲੈ ਸੁੱਖੇ ਨੂੰ। ਸਰ ਵੱਡਾ ਬੈਲੀ ਤੇਰੇ ਤੇ ਚਰਬੀ ਵਾਲੀ ਚੜ ਗਈ, ਲੱਗਦਾ ਲਾਉਣੀ ਪਊਗੀ। ਤੂੰ ਤਾਂ ਥਾਣੇਦਾਰ ਸਾਡਾ ਬੰਦਾ ਸੀ, ਕੀ ਹੋ ਗਿਆ, ਪਾਰਟੀ ਚੇਂਜ ਕਰ ਲਈ ਕਿ ਰੋਕੜਾ ਘੱਟ ਮਿਲਣ ਲੱਗ ਗਿਆ? ਕੀ ਕਰਕੇ ਸੁੱਖਿਆ, ਮਜਬੂਰੀ ਆ, ਜਿਵੇਂ ਉੱਪਰੋਂ ਫੋਨ ਆਉਂਦਿਆਂ ਨਾ ਉਵੇਂ ਕਰਨਾ ਹੀ ਪੈਂਦਾ, ਸੇਵਾ ਤਾਂ ਤੇਰੀ ਕਰਨੀ ਪਊਗੀ, ਨੌਕਰੀ ਦਾ ਸਵਾਲ ਆ। ਚਲੋ ਇਹਨੂੰ ਫੜੋ। ਮਾਂ, ਮੈਨੂੰ ਪਤਾ ਮੈਂ ਜੋ ਕੁਛ ਵੀ ਕੀਤਾ ਉਹਦੇ ਨਾਲ ਤੇਰਾ ਬਹੁਤ ਦਿਲ ਦੁਖਿਆ। ਮੈਨੂੰ ਪਤਾ ਮੇਰੀਆਂ ਗਲਤੀਆਂ ਦੀ ਮਾਫ਼ੀ ਦੁਨਿਆਵੀ ਕਚਹਿਰੀ 'ਚ ਨਹੀਂ ਮਿਲ ਸਕਦੀ, ਪਰ ਮਾਂ ਤੇਰੀ ਕਚਹਿਰੀ 'ਚ ਤਾਂ ਮਿਲ ਸਕਦੀ ਆ ਨਾ। ਕਿਹੜੇ ਸਿਖਰ ਦੁਪਹਿਰੇ ਨੇ ਚੰਨ ਲੁੱਟ ਲਿਆ ਮੇਰਾ, ਅੱਜ ਸਿਖਰ ਦੁਪਹਿਰੇ ਹੀ ਚੰਨ ਛਿਪ ਗਿਆ ਮੇਰਾ, ਕਿਹਦੇ ਹਿੱਸੇ ਦੀ ਛੱਡ ਗਿਆ ਛਾਂ, ਦੇ ਪੁੱਤ ਜਾਂਦੀ ਵਾਰੀ ਤੇਰੇ ਮੂੰਹੋਂ ਨਾ ਸੁਣਿਆ ਪੁੱਤ ਜਾਂਦੀ ਵਾਰੀ, ਉਹ ਤੇਰੇ ਮੂੰਹੋਂ ਨਾ ਸੁਣਿਆ ਮਾਂ ਪੁੱਤ ਜਾਂਦੀ ਵਾਰੀ। ਤੇਰੇ ਖੇਡਣ ਵਾਲੇ ਆਵੇਗੇ ਟੁੱਟ ਖਡਾਉਣੇ, ਸਾਡੇ ਉੱਜੜੇ ਵਿਹੜੇ ਚ ਸੁੱਖ ਫੇਰ ਨੀ ਆਉਣੇ, ਤੇਰੀ ਚੂਰੀ ਖਾਣਗੇ ਕਾਂ ਪੁੱਤ ਜਾਂਦੀ ਵਾਰੀ, ਤੇਰੇ ਮੂੰਹੋਂ ਨਾ ਸੁਣਿਆ ਮਾਂ ਪੁੱਤ ਜਾਂਦੀ ਵਾਰੀ, ਉਹ ਤੇਰੇ ਮੂੰਹੋਂ ਨਾ ਸੁਣਿਆ ਮਾਂ ਪੁੱਤ ਜਾਂਦੀ ਵਾਰੀ। ਮਾਂ, ਮੈਂ ਸਭ ਕੁਝ ਛੱਡ ਕੇ ਤੇਰੇ ਕੋਲ ਆਉਣਾ ਚਾਹੁੰਦਾ। ਜੇਲ੍ਹ ਦੇ ਠੰਡਰੇ ਫਰਸ਼ ਤੇ ਤੇਰੀ ਗੋਦੀ ਦਾ ਨਿੱਘ ਬਹੁਤ ਯਾਦ ਆਉਂਦਾ। ਮਾਂ, ਮੈਂ ਤੇਰੀ ਗੋਦੀ 'ਚ ਸਿਰ ਰੱਖ ਕੇ ਸੋਣਾ ਚਾਹੁੰਦਾ, ਤੇਰੇ ਤੇ ਬਾਪੂ ਦਾ ਬੀਬਾ ਪੁੱਤ ਬਣਨਾ ਚਾਹੁੰਦਾ। ਮਾਂ, ਮੈਂ ਤੇਰੇ ਕੋਲ ਆਉਣਾ ਚਾਹੁੰਦਾ। ਬਾਲੇ, ਕੀ ਹਾਲ ਆ ਬਾਈ? ਮੈਂ ਤਾਂ ਠੀਕ ਹਾਂ। ਸੁੱਖੇ ਦਾ ਹਾਲ ਦੱਸ ਕਿਵੇਂ ਆ, ਉਹਦਾ ਕੁਛ ਕਰਿਆ ਕਿ ਨਹੀਂ? ਉਹ ਬਾਈ, ਉਹ ਤਾਂ ਜੇਲ ਭੇਜਦਾ, ਫੜ ਲਿਆ ਸੀ, ਉਹ ਤਾਂ ਚੱਕ ਲਿਆ ਸੀਗਾ, ਹੁਣ ਨਹੀਂ ਨਿਕਲਦਾ ਉਹ, ਉਹਦੇ ਤਾਂ ਪੱਕੇ ਕੋਕੇ ਲੱਗ ਗਏ, ਉਮਰ ਕੈਦੀ ਹੋਊ ਹੁਣ ਤਾਂ। ਓਏ ਬਾਬਾ, ਹਜੇ ਜਿਉਂਦਾ ਹੈ? ਨਾਲੇ ਕਮੈਂਟ ਕਰਕੇ ਦੱਸਿਓ ਸਾਡੀ ਮੂਵੀ ਕਿਵੇਂ ਲੱਗੀ, ਅਗਲਾ ਭਾਗ ਵੀ ਅਸੀਂ ਜਲਦੀ ਤੁਹਾਡੇ ਮੂਹਰੇ ਕਰਾਂਗੇ। ਥੈਂਕ ਯੂ, ਲਵ ਯੂ।